ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਤੁਹਾਡਾ ਆਪਣਾ ਹਰਮਨ ਪਿਆਰਾ ਚੈਨਲ। ਤੁਸੀਂ ਜਾਣਦੇ ਹੋ ਅਕਾਲ ਚੈਨਲ ਦੇ ਉੱਤੇ ਅਸੀਂ ਵੱਖ ਵੱਖ ਰੰਗਾਂ ਦੇ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਉਂਦੇ ਹਾਂ। ਬਹੁਤ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ, ਪਰ ਇੱਕ ਖਾਸ ਪ੍ਰੋਗਰਾਮ ਉਹ ਹੁੰਦਾ ਜਿਹਦੇ ਵਿੱਚ ਅਸੀਂ ਤੁਹਾਨੂੰ ਖਾਸ ਮਹਿਮਾਨਾਂ ਦੇ ਨਾਲ, ਉਹਨਾਂ ਖਾਸ ਸ਼ਖਸੀਅਤਾਂ ਦੇ ਨਾਲ ਬੁਲਾਉਂਦੇ ਹਾਂ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਰਹਿ ਕੇ, ਜਾਂ ਕਹਿ ਲਈਏ ਸਿੱਖ ਪੰਥ ਦੇ ਵਿੱਚ ਰਹਿ ਕੇ, ਅਤੇ ਵੱਡੀਆਂ ਉਪਲਬਧੀਆਂ ਜਿਹੜੀਆਂ ਹਾਸਲ ਕੀਤੀਆਂ ਹੁੰਦੀਆਂ ਨੇ। ਆਪਣੇ ਦੇਸ਼ ਦੇ ਵਿੱਚ ਰਹਿ ਕੇ ਕੰਮ ਕਾਰ ਕਰਨੇ ਜਿਹੜੇ ਆ ਉਹ ਸੌਖੇ ਹੁੰਦੇ ਨੇ। ਅੱਜ ਕੱਲ੍ਹ ਤਾਂ ਵੈਸੇ ਆਪਾਂ ਇਹ ਵੀ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਵੀ ਉਹ ਹਾਲ ਜਿਹੜਾ ਮਾੜਾ ਹੋ ਗਿਆ, ਪਰ ਆਪਣੀ ਧਰਤੀ ਛੱਡ ਕੇ ਦੂਸਰੀ ਬੇਗਾਨੀ ਧਰਤੀ ਦੇ ਉੱਤੇ ਜਾ ਕੇ ਬਿਜ਼ਨਸ ਕਰਨਾ, ਪਹਿਲਾਂ ਕੰਮ ਕਾਰ ਕਰਨਾ, ਮਜ਼ਦੂਰੀਆਂ ਕਰਨੀਆਂ, ਉਸ ਤੋਂ ਬਾਅਦ ਆਪਣਾ ਬਿਜ਼ਨਸ ਜਿਹੜਾ ਬਿਲਡਅਪ ਕਰਨਾ, ਬਹੁਤ ਹੀ ਵੱਡੀ ਗੱਲ ਹੁੰਦੀ ਹੈ। ਸੋ ਇਹ ਆਪਾਂ ਇੰਗਲੈਂਡ ਦੇ ਵਿੱਚ ਅੱਜ ਬੈਠੇ ਹੋਏ ਹਾਂ। ਇੱਥੇ ਸਾਡੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਬਹੁਤ ਹੀ ਹੱਡਭਨਵੀਆਂ ਮਿਹਨਤਾਂ ਕੀਤੀਆਂ ਪਾਸ ਦੇ ਵਿੱਚ, ਅਤੇ ਅੱਜ ਉਹ ਸਫਲ ਬਿਜ਼ਨਸਮੈਨ ਨੇ, ਅਤੇ ਇੱਕ ਤਰ੍ਹਾਂ ਦਾ ਸਲਾਮ ਉਹਨਾਂ ਨੂੰ ਹੈਗਾ ਸਾਡਾ ਕਿ ਜਿਨ੍ਹਾਂ ਨੇ ਮਿਹਨਤਾਂ ਕਰਕੇ ਅੱਜ ਇੱਕ ਪੂਰਾ ਸਿੱਖ ਕੌਮ ਦਾ ਨਾਂ, ਪੰਜਾਬੀਆਂ ਦਾ ਨਾਂ ਬਾਹਰਲਿਆਂ ਮੁਲਕਾਂ ਦੇ ਵਿੱਚ ਉੱਚਾ ਕੀਤਾ। ਸੋ ਉਹਨਾਂ ਦੇ ਵਿੱਚੋਂ ਇੱਕ ਸ਼ਖਸੀਅਤ ਅੱਜ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ, ਜਿੰਦਰ ਸਿੰਘ ਜੀ, ਜੋ ਬਰਮਿੰਗਮ ਦੇ ਵਿੱਚ ਹੀ ਰਹਿੰਦੇ ਨੇ, ਅਤੇ ਇੱਥੇ ਇਹਨਾਂ ਦਾ ਆਪਣਾ ਸਫਲ ਬਿਜ਼ਨਸ ਜਿਹੜਾ ਹੈਗਾ ਉਹ ਚੱਲ ਰਿਹਾ। ਅਤੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ GI ਨੂੰ ਕਹੀਏ ਇਸ ਪ੍ਰੋਗਰਾਮ ਦੇ ਵਿੱਚ, ਫਿਰ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਬੈਕਗ੍ਰਾਉਂਡ ਬਾਰੇ, ਕਿਵੇਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ, ਅਤੇ ਉਹ ਸਾਰਾ ਕੁਝ ਉਹਨਾਂ ਦੇ ਕੋਲੋਂ ਜਾਣਾਂਗੇ। ਸੁਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਅਕਾਲ ਚੈਨਲ ਦਾ, ਤੁਹਾਡਾ ਵੀ, ਦਲਜੀਤ ਸਾਹਿਬ ਅਤੇ ਭਾਜੀ ਅਮਰੀਕ ਸਿੰਘ ਹੋਣਾ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਆਉਣ ਦਾ, ਅਤੇ ਬਾਕੀ ਸਾਰੇ ਸੁਣਨ ਵਾਲਿਆਂ, ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਹਿਲਾਂ ਤਾਂ ਵਿਸਾਖੀ ਦੀਆਂ ਵਧਾਈਆਂ, ਅਤੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਸੋ ਸ਼ੁਰੂਆਤ ਦੇ ਵਿੱਚ ਮੈਂ ਜਿਹੜੀ ਗੱਲ ਕਹੀ ਹੈ ਕਿ ਬਗਾਨੀ ਧਰਤੀ ਦੇ ਉੱਤੇ ਆ ਕੇ ਬਿਜ਼ਨਸ ਕਰਨਾ, ਜਾਂ ਇੱਕ ਸਫਲ ਬਿਜ਼ਨਸ ਕਰਨਾ, ਬਹੁਤ ਹੀ ਔਖਾ ਹੁੰਦਾ, ਅਤੇ ਕਿਉਂਕਿ ਆਮ ਆਪਾਂ ਦੇਖਦੇ ਹਾਂ ਸਾਡੇ ਲੋਕ ਬਹੁਤ ਪਰੇਸ਼ਾਨੀਆਂ ਦੇ ਵਿੱਚ ਵੀ ਲੰਘਦੇ ਨੇ, ਉਹਨਾਂ ਦਾ ਸਫ਼ਰ ਹੁੰਦਾ, ਅਤੇ ਉਹਨਾਂ ਦੇ ਵਿੱਚੋਂ ਕਈ ਕਾਮਯਾਬ ਹੋ ਜਾਂਦੇ ਨੇ, ਕਈ ਨਾਕਾਮਯਾਬ ਹੋ ਜਾਂਦੇ ਨੇ। ਤੁਸੀਂ ਕਿਹੜੇ ਸਨ ਦੇ ਵਿੱਚ ਵਿਦੇਸ਼ ਦੀ ਧਰਤੀ 'ਤੇ, ਯਾਨੀ ਕਿ ਇੰਗਲੈਂਡ ਦੇ ਵਿੱਚ ਆਏ ਹੋ, ਥੋੜ੍ਹੀ ਜਿਹੀ ਬੈਕਗ੍ਰਾਉਂਡ ਮੈਂ ਜਾਣਨੀ ਚਾਹੂੰਗਾ ਤੁਹਾਡੀ। ਮੈਂ ਜੀ ਇੱਥੇ ਸਨ 67 ਦੇ ਵਿੱਚ ਆਇਆ। ਅੱਛਾ ਜੀ। ਅਤੇ ਉਸ ਵੇਲੇ ਮੇਰੀ ਉਮਰ 10 ਸਾਲ ਦੀ ਸੀਗੀ। ਓਕੇ। ਹਾਂਜੀ, ਮੇਰੇ ਫਾਦਰ ਜੀ ਪਹਿਲਾਂ ਆਏ ਸੀਗੇ। ਠੀਕ ਹੈ। ਉਹਨਾਂ ਤੋਂ ਫਿਰ ਅਸੀਂ, ਮੈਂ 67 ਦੇ ਵਿੱਚ ਇੱਥੇ ਹਾਂ। ਠੀਕ ਹੈ। ਸੋ ਸ਼ੁਰੂਆਤ ਜੇ ਤੁਸੀਂ ਕਹੀਏ ਕਿ ਬਚਪਨ ਦੇ ਵਿੱਚ ਇਸ ਧਰਤੀ ਦੇ ਉੱਤੇ ਤੁਸੀਂ ਆ ਗਏ ਜੀ, ਅਤੇ ਪੜ੍ਹਾਈ ਵਗੈਰਾ ਕੀਤੀ ਫਿਰ, ਜਾਂ ਕਿੱਦਾਂ ਕਿੱਦਾਂ ਅੱਗੇ ਵਧੇ? ਇਹ ਦਲਜੀਤ ਸਾਹਿਬ ਪੜ੍ਹਾਈ ਵੀ ਕੀਤੀ, ਉਹਨਾਂ ਦਿਨਾਂ ਦੇ ਵਿੱਚ ਵੀ ਕੰਮ ਕਰਿਆ ਕਰਦੇ ਹੁੰਦੇ ਸੀ, ਸਵੇਰ ਨੂੰ, ਹਾਂਜੀ ਸਵੇਰ ਨੂੰ ਪੇਪਰ ਰਾਉਂਡ ਕਰਿਆ ਕਰਦੇ ਹੁੰਦੇ ਸੀਗੇ, ਅਤੇ ਫਿਰ ਵੀਕਐਂਡ 'ਤੇ ਉਦੋਂ ਕੋਲੇ ਦੇ ਫਾਇਰ ਪੈਂਦੇ ਹੁੰਦੇ ਸੀਗੇ, ਅਤੇ ਇੱਕ ਲੱਕੜੀਆਂ ਵਾਲਾ, ਉਹਨੂੰ ਵੁੱਡਮੈਨ ਕਹਿੰਦੇ ਹੁੰਦੇ ਸੀ, ਨਿੱਕੇ ਨਿੱਕੇ ਲੌਗਸ ਹੁੰਦੇ ਸੀਗੇ ਉਹ ਜਿਹੜੇ ਫਾਇਰ ਦੇ ਥੱਲੇ ਪੈਂਦੇ, ਤਾਂ ਉਹਦੇ ਨਾਲ ਵੀ ਜਾਂਦੇ ਹੁੰਦੇ ਸੀ। ਅੱਛਾ। ਸੋ ਮਿਹਨਤ ਪਹਿਲਾਂ ਤੋਂ ਹੀ ਕਾਫ਼ੀ ਛੋਟੀ ਉਮਰ ਤੋਂ ਹੀ ਕਰਦੇ ਹੁੰਦੇ ਸੀਗੇ, ਅਤੇ ਇਸ ਹਿਸਾਬ ਨਾਲ ਜਾਣੀ ਆਪਣੇ ਆਪ ਨੂੰ ਮਿਹਨਤੀ ਜੀ ਸ਼ੁਰੂ ਤੋਂ ਬਣਾ ਲਿਆ, ਬਚਪਨ ਦੇ ਵਿੱਚ ਹੀ ਨਾਲੋ ਨਾਲ ਪੜ੍ਹਾਈ ਅਤੇ ਕੰਮ ਵੀ ਕਰਨਾ ਪਾਰਟ ਟਾਈਮ। ਸੋ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਇੱਥੇ ਆ ਕੇ ਸਾਡੇ ਬੱਚੇ ਵੀ ਜਿਹੜੇ ਆ ਉਹ ਸੰਭਲ ਜਾਂਦੇ ਨੇ, ਜਲਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਮਿਹਨਤ ਕਿਵੇਂ ਕਰਨੀ ਹੈ। ਸੋ ਅੱਜ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਾਡੇ ਨੌਜਵਾਨ ਜਿਨ੍ਹਾਂ ਨੇ ਆਪਣੀਆਂ ਉਮਰਾਂ ਵੀ ਹੰਡਾਲੀਆਂ, 30-35 ਸਾਲ ਦੇ ਵੀ ਹੋ ਗਏ ਨੇ, ਹਜੇ ਤੱਕ ਉਹਨਾਂ ਨੇ ਕੰਮ ਨੂੰ ਹੱਥ ਨਹੀਂ ਲਾਇਆ ਹੁੰਦਾ। ਸੋ ਇਹ ਫਰਕ ਹੁੰਦਾ ਇੱਕ ਵਿਦੇਸ਼ ਦੀ ਧਰਤੀ ਦਾ। ਸੋ ਜਵਾਨੀ ਦੇ ਵਿੱਚ ਬਾਅਦ 'ਚ ਤੁਸੀਂ ਪੈਰ ਧਰਿਆ, ਕੀ ਤੁਹਾਡੇ ਬਿਜ਼ਨਸ ਕੀਤੇ, ਜਾਂ ਕਿਹੜੇ ਕਿਹੜੇ ਕੰਮ ਵਿੱਚੋਂ ਲੰਘਣਾ ਪਿਆ, ਤੁਹਾਨੂੰ ਕੀ ਔਕੜਾਂ ਆਈਆਂ ਉਸ ਵੇਲੇ? ਫਿਰ ਸਾਹਿਬ ਉਸ ਤੋਂ ਬਾਅਦ ਸਾਰੇ ਉਸ ਵੇਲੇ ਫਾਊਂਡਰੀਆਂ ਵਿੱਚ ਹੀ ਕੰਮ ਕਰਿਆ ਕਰਦੇ ਸੀਗੇ, ਪੜ੍ਹਾਈ ਲੋਕੀ ਘੱਟ ਕਰਦੇ ਸੀਗੇ, ਸਾਰਿਆਂ ਨੂੰ ਇਹ ਖਿਆਲ ਸੀ ਖਰੇ ਵਾਪਸ ਚੱਲ ਜਾਣਾ, ਅਤੇ ਪਰ ਦੇਖ ਲਓ ਸਾਰੇ ਬਜ਼ੁਰਗ ਵੀ ਇੱਥੇ ਰਹਿ ਗਏ। ਫਿਰ ਪੜ੍ਹਾਈ ਕਰਕੇ ਫਾਊਂਡਰੀਆਂ 'ਚ ਕੀਤਾ ਕੰਮ, 80 ਦੇ ਵਿੱਚ ਫਿਰ ਫਾਊਂਡਰੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਓਕੇ। ਫਿਰ 80 ਦੇ ਵਿੱਚ ਮੈਂ ਇੱਕ ਛੋਟੀ ਜਿਹੀ ਦੁਕਾਨ ਲਈ ਹੈਂਡਸਵਤ ਵਿੱਚ, ਠੀਕ ਹੈ, ਗਰੋਸਰੀ ਦੀ, ਉਹ ਚਲਾਈ ਤਕਰੀਬਨ 18-19 ਸਾਲ ਚਲਾਈ। ਓਕੇ। ਕੀ ਪਹਿਲੇ 3-4 ਸਾਲ ਤਾਂ ਉਹਦੇ ਵਿੱਚ ਬਹੁਤ ਮੁਸ਼ਕਲ ਆਈਆਂ, ਕਿਉਂਕਿ ਚੱਲਦੀ ਨਾ ਸੀ, ਪੈਸੇ ਵੀ ਕੋਲ ਹੈ ਨਾ ਸੀ ਇੰਨੇ, ਅਤੇ ਉਹਨਾਂ ਦਿਨਾਂ ਦੇ ਵਿੱਚ ਵੀ 32 ਕਿਲੋ ਦੇ ਆਟੇ ਦੇ ਬੈਗ ਹੋਇਆ ਕਰਦੇ ਸੀ, ਮੋਢਿਆਂ 'ਤੇ ਘਰ ਕਰਕੇ ਛੱਡ ਕੇ ਆਉਂਦੇ, ਹਰੇਕ ਜਿੱਥੇ ਜਿੱਥੇ ਵੀ ਕਿਸੇ ਨੇ ਕਹਿਣਾ ਛੱਡ ਕੇ ਮੋਢੇ 'ਤੇ ਆਉਣਾ। ਫਿਰ ਉਹਨਾਂ ਦਿਨਾਂ ਦੇ ਵਿੱਚ ਪੈਰਾਫੀਨ ਦੇ ਹੀਟਰ ਬਹੁਤ ਹੁੰਦੇ ਸੀ, ਅਤੇ ਪੈਰਾਫੀਨ ਦੇ ਹੀਟਰ ਜਿਹੜੇ ਆ, ਪੈਰਾਫੀਨ ਉਹ ਦੂਰ ਦੂਰ ਤੀਕਰ ਚੱਕ ਕੇ ਅਤੇ ਫਲੈਟਾਂ ਦੇ ਵਿੱਚ ਛੱਡ ਕੇ ਆਉਣਾ ਜੀ ਜੀ, ਅਤੇ ਇਸ ਕਰਕੇ ਇਸ ਤਰ੍ਹਾਂ ਦੀਆਂ ਮਿਹਨਤਾਂ ਕਰਕੇ ਬਹੁਤ ਬਹੁਤ ਤੰਗੀਆਂ ਸਹਿ ਕੇ ਫਿਰ ਜਾ ਕੇ ਕਈ ਸਾਲੀ ਮਾਲਕ ਨੇ ਫਿਰ ਸੁਣਿਆ ਤਾਂ ਫਿਰ ਕੰਮ ਜੀ ਤੁਰਿਆ ਤਾਂ ਬਹੁਤ ਚੜ ਗਿਆ, ਫਿਰ ਬਾਬੇ ਦੀ ਮਿਹਰ ਸ਼ੋਪ ਵੀ ਬੜੀ ਚੱਲੀ। ਹਾਂਜੀ ਜੀ ਜੀ ਜੀ। ਆਮ ਇੱਕ ਸਾਡੇ ਲੋਕਾਂ ਦਾ ਹੁੰਦਾ ਕਿ ਕਿਤੇ ਜੋਬ ਕਰ ਲਓ, ਉਹ ਸਾਰੀ ਉਮਰ ਕਈ ਜਿਹੜੇ ਲੋਕ ਹੈਗੇ ਸਾਡੇ ਉਹ ਜੋਬਸ ਕਰਦੇ ਨੇ,
ਕਿਸੇ ਦੇ ਕੋਲ ਕੰਮ ਕਰਦੇ ਰਹਿੰਦੇ ਨੇ। ਤੁਸੀਂ ਸ਼ੁਰੂ ਤੋਂ ਹੀ ਮਤਲਬ ਸੋਚਿਆ ਕਿ ਆਪਣਾ ਬਿਜ਼ਨਸ ਜਿਹੜਾ ਕਰਨਾ, ਇਹ ਸੋਚ ਤੁਹਾਡੇ ਕਿਵੇਂ ਮਨ ਦੇ ਵਿੱਚ ਆਈ? ਨਹੀਂ, ਸ਼ੁਰੂ ਤੋਂ ਨਹੀਂ ਸਾਹਿਬ ਸੋਚਿਆ ਸੀਗਾ, ਇਹ ਤਾਂ ਜਿਸਲੇ ਉਹ ਫਾਊਂਡਰੀ ਬੰਦ ਹੋਈ ਉਸ ਵੇਲੇ ਹੀ ਮਨ 'ਚ ਆਇਆ। ਇਹ ਪਰਮਾਤਮਾ ਜਿਸਲੇ ਮੋੜ ਦਿੰਦਾ ਉਸਲੇ ਹੁੰਦਾ, ਬਹਿ ਕੇ ਇਹ ਮਨ 'ਚ ਨਾ ਸੀ ਪਹਿਲਾਂ ਵੀ ਕੋਈ ਕਾਰੋਬਾਰ ਆਪਣਾ ਕਰਨਾ, ਉਸ ਵੇਲੇ ਇੱਦਾਂ ਹੀ ਸੀ। ਪਰ ਜਿਸਲੇ ਬੰਦ ਹੋਇਆ ਫਿਰ ਮਨ 'ਚ ਆਇਆ ਵੀ ਆਪਾਂ ਵੀ ਕੋਈ ਨਾ ਕੋਈ ਇੱਥੇ ਕਾਰੋਬਾਰ ਕਰੀਏ, ਤਾਂ ਇਹ ਜਾਣੀ ਉਸ ਵੇਲੇ ਇੱਦਾਂ ਹੋਈ ਜਿਹੜੀ ਫਾਊਂਡਰੀ ਬੰਦ ਹੋਈ ਸਾਡੀ। ਜੀ ਜੀ ਜੀ। ਫਿਰ ਤੁਸੀਂ ਪਹਿਲੀ ਜਿਹੜੀ ਸ਼ੋਪ ਖੋਲ੍ਹ ਲਈ 17-18 ਸਾਲ ਤੁਸੀਂ ਦੱਸਿਆ ਕਿ ਉਹ ਚਲਾਈ। ਹਾਂਜੀ ਹਾਂਜੀ। ਉਸ ਤੋਂ ਅੱਗੇ ਦਾ ਫਿਰ ਸਫ਼ਰ ਕਿਵੇਂ ਰਿਹਾ? ਉਸ ਤੋਂ ਉੱਥੇ ਫਿਰ ਜਿੱਦਾਂ ਤੁਹਾਨੂੰ ਅੱਗੇ ਮੈਂ ਕਿਹਾ ਸੀ ਵੀ ਉਹ ਵਾਈਫ ਦੀ ਡੈਥ ਹੋਣ ਕਰਕੇ ਫਿਰ ਮੈਨੂੰ ਉਹ ਵੇਚਣੀ ਪੈ ਗਈ। 98 ਦੇ ਵਿੱਚ ਮੈਂ ਵੇਚੀ ਸੀਗੀ। ਅੱਛਾ ਜੀ। ਅਤੇ ਉਦੋਂ ਬਾਅਦ ਫਿਰ ਮੈਂ ਰੋਟੀ ਦਾ ਕੰਮ ਸਿੱਖਿਆ, ਉਹ ਸਿੱਖ ਕੇ ਫਿਰ ਇਹ ਕੇਟਰਿੰਗ ਬਿਜ਼ਨਸ ਖੋਲ੍ਹਿਆ। ਹਾਂਜੀ ਠੀਕ ਹੈ ਠੀਕ ਹੈ। ਸੋ ਉਸ ਵੇਲੇ ਤੋਂ ਲੈ ਕੇ ਤੁਸੀਂ ਅੱਜ ਤੱਕ ਜਿਹੜਾ ਕੇਟਰਿੰਗ ਦਾ ਬਿਜ਼ਨਸ ਕਰਦੇ ਆ? ਜੀ ਹਾਂਜੀ ਠੀਕ ਹੈ ਜੀ। ਸੋ ਇੱਕ ਸਵਾਲ ਜੇ ਮੈਂ ਤੁਹਾਨੂੰ ਪੁੱਛਾਂ ਕਿ ਇੱਕ ਸਫਲ ਬਿਜ਼ਨਸਮੈਨ ਬਣਨ ਦਾ, ਜਾਂ ਇੱਕ ਕਿਸੇ ਨੇ, ਹੁਣ ਆਮ ਸਾਡਾ ਪ੍ਰੋਗਰਾਮ ਜਿਹੜੇ ਹੈਗੇ ਨੌਜਵਾਨ ਵੀ ਵੇਖ ਰਹੇ ਨੇ, ਬਜ਼ੁਰਗ ਵੀ ਵੇਖ ਰਹੇ ਨੇ, ਜੇਕਰ ਉਹ ਚਾਹੁਣ ਕਿ ਮਿਹਨਤ ਆਪਾਂ ਕਰਕੇ ਇਹ ਬਿਜ਼ਨਸ ਆਪਣਾ ਖੋਲ੍ਹਿਆ ਜਾਵੇ, ਕੀ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ, ਕੀ ਖਿਆਲ ਸਾਨੂੰ ਰੱਖਣਾ ਚਾਹੀਦਾ? ਜੀ, ਸਭ ਤੋਂ ਵੱਡੀ ਚੀਜ਼ ਤਾਂ ਇਹ ਹੈਗੀ ਹੈ, ਇੱਕ ਇਮਾਨਦਾਰੀ ਵਿੱਚ ਰੱਖੋ, ਦੂਸਰਾ ਪਰਮਾਤਮਾ ਦਾ ਨਾਂ ਲਓ, ਤਾਂ ਫਿਰ ਮਿਹਨਤ ਕਰੋ, ਹਰ ਵੇਲੇ ਆਪ ਕੰਮ ਦੇ ਉੱਪਰ ਰਹੋ, ਤਾਂ ਫਿਰ ਉਹ ਇਨਸਾਨ ਕਦੀ ਵੀ ਡਿੱਗਦਾ ਨਹੀਂ ਹੈ। ਠੀਕ ਹੈ। ਸੋ ਇਹ ਵੱਡੀਆਂ ਚੀਜ਼ਾਂ, ਜੇ ਇਨਸਾਨ ਆਪ ਨੇ ਉੱਤੇ ਕੰਮ 'ਤੇ ਦਰਜੀ ਸਾਹਿਬ ਰਹਿੰਦਾ, ਤਾਂ ਫਿਰ ਕਾਫੀ ਮੁਸ਼ਕਲਾਂ ਹੋ ਜਾਂਦੀਆਂ ਅਤੇ ਕਾਮਯਾਬੀਆਂ ਨਹੀਂ ਹੁੰਦੀਆਂ। ਸੋ ਇਹ ਨੰਬਰ 1 ਆ। ਦੂਸਰਾ, ਪਰਮਾਤਮਾ ਦੇ ਨਾਂ ਦੇ ਨਾਲ ਤੁਹਾਡੀਆਂ ਵੱਡੀਆਂ ਮੁਸ਼ਕਲਾਂ ਵੀ ਛੋਟੀਆਂ ਹੋ ਜਾਂਦੀਆਂ, ਅਤੇ ਜਿਹੜਾ ਕੰਮ ਵੱਡਾ ਤੁਹਾਨੂੰ ਔਖਾ ਵੀ ਲੱਗਦਾ ਤੇ ਉਹ ਵੀ ਸੌਖਾ ਹੋ ਜਾਂਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ। ਬਾਕੀ ਕਰਨ ਨੂੰ ਕੋਈ ਵੀ ਕਰ ਸਕਦਾ, ਜੇ ਮੈਂ ਕਰ ਸਕਦਾ ਤੇ ਮੈਂ ਕਹਿੰਦਾ ਸਾਰੀ ਦੁਨੀਆ ਹੀ ਕਰ ਸਕਦੀ। ਬਿਲਕੁਲ। ਇੱਕ ਡਰ ਹੁੰਦਾ ਮਨ ਦੇ ਵਿੱਚ ਕਿ ਖੌਰੇ ਸਾਡਾ ਬਿਜ਼ਨਸ ਚੱਲਣਾ ਹੈ, ਕੋਈ ਘਾਟਾ ਨਾ ਪੈ ਜੇ, ਪਰ ਇੱਕ ਵਾਰ ਕਹਿੰਦੇ ਰਿਸਕ ਜ਼ਰੂਰ ਲੈਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਜੇਕਰ ਕਾਮਯਾਬ ਹੋਣਾ। ਸਹੀ ਹੈ ਜੀ, ਸਹੀ। ਤੁਸੀਂ ਗੁਰੂ ਸਾਹਿਬ ਦੀ ਗੱਲ ਕੀਤੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਅਤੇ ਨਾਲ ਹੀ ਤੁਸੀਂ ਇਹ ਗੱਲ ਜਿਹੜੀ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਮੈਂ ਦੱਸ ਦੇਵਾਂ ਦਰਸ਼ਕਾਂ ਨੂੰ ਕਿ ਜਿੰਦਰ ਭਾਅ ਜੀ ਹੋਰਾਂ ਨੇ ਇੱਕ ਗੱਲ ਮੇਰੇ ਨਾਲ ਸਾਂਝੀ ਕੀਤੀ ਕਿ ਕਿਵੇਂ ਉਹਨਾਂ 'ਤੇ ਗੁਰੂ ਸਾਹਿਬ ਦੀ ਕਿਰਪਾ ਦਾ ਇੱਕ ਐਗਜ਼ਾਮਪਲ ਜਿਹੜਾ ਉਸ ਵੇਲੇ ਇਹਨਾਂ ਨੂੰ ਮਿਲਿਆ, ਅਤੇ ਕਿਸੇ ਹੋਰ ਬੰਦੇ ਨੇ ਆ ਕੇ ਜਿਹੜੀ ਇਹਨਾਂ ਨੂੰ ਗੱਲ ਕਹੀ ਕਿ ਤੁਹਾਡੇ 'ਤੇ ਗੁਰੂ ਸਾਹਿਬ ਦੀ ਕਿਰਪਾ, ਅਤੇ ਤਾਂ ਇਹ ਹੋਇਆ। ਮੈਂ ਚਾਹੂੰਗਾ ਇਹ ਵਾਕਿਆ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋ ਇੱਕ ਵਾਰੀ। ਇਹ ਤਾਂ ਸਾਹਿਬ ਜਿੱਦਾਂ ਕਹਿੰਦੇ ਹਾਂ ਵੀ ਜੇ ਸਾਹਿਬਜੀ ਦੀ, ਉਹਨਾਂ ਦੇ ਪਰਿਵਾਰ, ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੀ ਮਿਹਰ ਨਾ ਹੁੰਦੀ, ਅਤੇ ਅੱਜ ਤਾਂ ਸਿੱਖ ਪਰਿਵਾਰ, ਹਿੰਦੂ ਭਾਈ ਸਾਰੇ ਪਤਾ ਨਹੀਂ ਕਿੱਥੇ ਅਸੀਂ ਹੁੰਦੇ ਆਪਾਂ। ਜੀ। ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦੀ ਕਰਨ ਲੱਗਾ ਕਿ ਮੈਂ ਸ਼ੋਪ ਵੇਚੀ, ਜਦੋਂ ਉਹਤੋਂ ਬਾਅਦ ਮੈਂ ਇਹ ਰੋਟੀ ਪਾਣੀ ਦਾ ਕੰਮ ਜਦੋਂ ਸਿੱਖਣ ਲੱਗਾ ਨਾ, ਅਤੇ ਆਪਣੇ ਪੰਜਾਬੀ ਭਰਾ ਦੇ ਨਾਲ ਕਰਦਾ ਹੁੰਦਾ ਸੀਗਾ। ਠੀਕ ਹੈ। ਉਹਦੇ ਨਾਲ ਅੱਜ ਮੈਂ ਪਹਿਲੇ ਹਫ਼ਤੇ ਗਿਆ ਸੀਗਾ, ਅਤੇ ਇੱਕ ਗੋਰਿਆਂ ਦੇ ਹੋਟਲ ਦੇ ਵਿੱਚ ਉਹਨੂੰ ਵਿਆਹ ਆ ਗਿਆ। ਅੱਛਾ। ਅਤੇ ਉਹ ਗੋਰਾ ਉੱਥੇ ਬਹੁਤ ਹੋਰ ਤਰ੍ਹਾਂ ਦਾ ਸੀ, ਉਹ ਜਾਣ ਨਾ ਸੀ ਦਿੰਦਾ ਆਪਣੇ ਬੰਦਿਆਂ ਨੂੰ। ਠੀਕ ਹੈ। ਅਤੇ ਇੱਕ ਪੰਡਿਤ ਸੀਗਾ ਪੜ੍ਹਿਆ ਲਿਖਿਆ, ਉਹ ਉੱਥੇ ਲੈ ਕੇ ਜਾਂਦਾ ਹੁੰਦਾ ਸੀ ਬੰਦਿਆਂ ਨੂੰ। ਓਕੇ। ਤੇ ਉਸ ਵੀਕੇ ਮੈਂ ਗਿਆ, ਤਾਂ ਉਸ ਵੀਕੇ ਉਸ ਪੰਡਿਤ ਨੂੰ ਆਪਣਾ ਕੋਈ ਫੈਮਿਲੀ 'ਤੇ ਵਿਆਹ ਆ ਗਿਆ, ਅਤੇ ਉਹ ਸਾਡੇ ਉਸ ਭਰਾ ਨੂੰ ਕਹਿਣ ਲੱਗਾ ਵੀ ਮੈਂ ਤਾਂ ਇਸ ਹਫ਼ਤੇ ਜਾ ਨਹੀਂ ਸਕਦਾ, ਅਤੇ ਉਹ ਕਾਫੀ ਪਰੇਸ਼ਾਨੀ 'ਚ ਹੋ ਗਿਆ, ਕਹਿੰਦਾ ਵੀ ਵਿਆਹ ਫੜਿਆ ਆ ਤਾਂ ਜੇ ਤੂੰ ਆ ਨਹੀਂ ਸਕਦਾ, ਉਹ ਗੋਰੇ ਨੇ ਸਾਨੂੰ ਜਾਣ ਨਹੀਂ ਦੇਣਾ। ਮੈਂ ਪਰੇ ਸੁਣਦਾ ਸੀਗਾ, ਮੈਂ ਸੁਣਦਾ ਸੁਣਦਾ ਮੈਂ ਕਿਹਾ ਕੋਈ ਫਿਕਰ ਨਾ ਕਰੋ, ਮੈਂ ਜਾਊਂਗਾ। ਉਹ ਕਹਿੰਦਾ ਜਾ, ਤੂੰ ਕਿੱਦਾਂ ਜਾਊਂਗਾ? ਕਹਿੰਦਾ ਉਹ ਤਾਂ ਜਾਣ ਨਹੀਂ ਦਿੰਦਾ। ਮੈਂ ਕਿਹਾ ਤੂੰ ਫਿਕਰ ਨਾ ਕਰ, ਮੇਰੇ 'ਤੇ ਛੱਡ, ਮੈਂ ਕਿਹਾ ਮੈਂ ਆਪੇ ਜਾਊਂਗਾ। ਠੀਕ ਹੈ। ਤਾਂ ਉਹ ਸ਼ਨਿਚਰਵਾਰ ਦੇ ਦਿਨ ਦਾ ਵਿਆਹ ਸੀਗਾ, ਮੈਂ ਸਵੇਰ ਨੂੰ ਉੱਠਿਆ, ਨਾਤਾ ਧੋਤਾ, ਸਾਹਿਬ ਜੀ ਦਾ ਨਾਂ ਲਿਆ ਸਵੇਰ ਨੂੰ ਲੈ ਕੇ, ਅਤੇ ਅਸੀਂ ਜੇ ਲੈ ਗਏ ਤਾਂ ਉਹ ਕਹਿਣ ਲੱਗਾ ਭਾਅ ਜੀ ਸਾਨੂੰ, ਕਹਿੰਦਾ ਵੀ ਤੁਸੀਂ ਹੈ ਨਾ ਪਹਿਲਾਂ ਚੱਲ ਜਾਓ, 6 ਵਜੇ ਚੱਲ ਜਾਓ, ਵੈਸੇ 8 ਵਜੇ ਪਹੁੰਚੀਦਾ ਸੀ। ਠੀਕ ਹੈ। ਕਹਿੰਦਾ ਹੋ ਸਕਦਾ ਕੋਈ ਪਰੇਸ਼ਾਨੀ ਹੋਵੇ, ਤੁਹਾਨੂੰ ਨਾ ਜਾਣ ਦੇਵੇ, ਕੋਈ ਹੋਰ ਹੀਲਾ ਵਸੀਲਾ ਕਰਨਾ ਪਊਗਾ। ਅਤੇ ਅਸੀਂ ਜਿਸਲੇ ਗਏ ਉੱਥੇ 6 ਵਜੇ, ਉਹ ਅਸੀਂ ਗੋਰੇਨ ਡੋਰ ਖੋਲ੍ਹੀ, ਜਿਹੜਾ ਉੱਥੇ ਦਾ ਮੈਨੇਜਰ ਸੀਗਾ ਉਹ ਜਦ ਸਾਡੇ ਵੱਲ ਦੇਖਿਆ, ਉਹ ਕਹਿੰਦਾ ਉਹ ਤੁਸੀਂ ਵੀ ਇੰਨਾ ਅਰਲੀ ਆ ਗਏ, ਕੌਣ ਆ ਤੁਸੀਂ? ਹੈ ਅਸੀਂ ਕਿਹਾ ਵੀ ਅਸੀਂ ਫਲਾਨੀ ਕੇਟਰਿੰਗ ਆ। ਉਹ ਕਹਿੰਦਾ ਕੋਈ ਨਹੀਂ, ਆ ਜਾਓ ਜੀ ਆਇਆਂ ਨੂੰ। ਮੈਂ ਕਹਿੰਦਾ ਤੁਸੀਂ ਆ ਬਹੁਤ ਅਰਲੀ ਗਏ ਆ। ਮੈਂ ਕਿਹਾ ਵੀ ਅਸੀਂ ਥੋੜ੍ਹੇ ਪਰੇਸ਼ਾਨ ਸੀਗੇ ਵੀ ਪਤਾ ਨਹੀਂ ਸਾਨੂੰ ਕੋਈ ਮੁਸ਼ਕਿਲ ਨਾ ਆਵੇ। ਉਹ ਕਹਿੰਦਾ ਮੁਸ਼ਕਿਲ ਕਿੱਦਾਂ ਆ ਸਕਦੀ, ਮੈਂ ਇੱਥੇ ਹੈਗਾ, ਮੈਂ ਸਾਰਾ ਤੁਹਾਨੂੰ ਦੱਸੂੰਗਾ ਵੀ ਇੱਦਾਂ ਇੱਦਾਂ ਯੂਜ ਕਰਨਾ ਮਸ਼ੀਨਰੀ। ਜੀ ਜੀ। ਅਤੇ ਫਿਰ ਕਹਿੰਦਾ ਕੁਛ ਖਾ ਕੇ ਆਏ ਆ? ਮੈਂ ਕਿਹਾ ਵੀ ਹਜੇ ਨਹੀਂ ਖਾਧਾ। ਕਹਿੰਦਾ ਇੱਦਾਂ ਕੋਲੋਂ ਸਾਡੀ ਕੈਂਟੀਨ ਖੁੱਲ੍ਹੀ ਆ, ਬਫੇ ਲੱਗੇ ਹੋਏ ਆ, ਤੁਸੀਂ ਚਾਹ ਕੌਫੀ ਜੋ ਵੀ ਪੀਣਾ ਜਾਓ, ਜਾ ਕੇ ਉੱਥੇ ਪੀਓ, ਤੇ ਆਰਾਮ ਦੇ ਨਾਲ ਜਿਸਲੇ ਤੁਸੀਂ 8 ਵਜੇ ਦੇ ਕਰੀਬ ਤੁਸੀਂ ਫਿਰ ਆ ਜਾਓ, ਮੈਂ ਤੁਹਾਨੂੰ ਸਾਰੀ ਮਸ਼ੀਨਾਂ ਜਿੱਦਾਂ ਜਿੱਦਾਂ ਚਲਾਉਣੀਆਂ ਦੱਸ ਦਊਂ। ਅਸੀਂ ਫਿਰ ਚਾਹ ਪਾਣੀ ਉੱਥੇ ਪੀਤਾ ਖਾਧਾ, ਤੇ ਜਾਨੂ ਸਾਡੇ ਭਰਾ ਦਾ ਫੋਨ ਆ, ਕਹਿੰਦਾ ਬਣ ਦਿੱਤਾ ਤੁਹਾਨੂੰ ਕਿ ਨਹੀਂ? ਤੇ ਮੁੰਡੇ ਹੱਸਣ ਲੱਗ ਪਏ, ਮੁੰਡੇ ਕਹਿੰਦੇ ਇੱਥੇ ਤਾਂ ਕਹਿੰਦੇ ਵੀ ਸਾਨੂੰ ਚਾਹ ਪਾਣੀ, ਇੱਥੇ ਸਾਰਾ ਬ੍ਰੇਕਫਾਸਟ ਖਾਂਦੇ ਹਾਂ। ਅੱਛਾ।
ਤੇ ਚਲੋ ਬਹੁਤ ਸੋਹਣਾ ਜਾਣੀ ਵਿਆਹ ਹੋ ਗਿਆ, ਬਹੁਤ ਵਧੀਆ ਹੋਇਆ, ਮਾਲਕ ਦੀ ਕਿਰਪਾ ਇੰਨੀ ਹੋਈ। ਤੇ ਦੂਸਰੇ ਹਫ਼ਤੇ ਜਿਸ ਵੇਲੇ ਅਸੀਂ ਫਿਰ ਉੱਥੇ ਕੰਮ ਕਰਦੇ ਸੀ ਤੇ ਉਹ ਪੰਡਿਤ ਆ ਗਿਆ ਜੀ। ਉਹ ਕਹਿਣ ਲੱਗਾ ਕਿੱਦਾਂ ਪਿਛਲੀ ਵੀ ਕਿ ਤੁਹਾਨੂੰ ਵੰਡ ਦਿੱਤਾ ਉੱਥੇ, ਉਹ ਸਾਰੇ ਹੱਸਣ ਲੱਗ ਪਏ। ਉਹ ਕਹਿੰਦੇ ਉੱਥੇ ਤਾਂ ਇੰਨੀ ਮੇਹਰ ਹੋਈ ਕਿ ਸਾਰਿਆਂ ਨੂੰ ਬ੍ਰੇਕਫਾਸਟ ਕੀ, ਉਹਨੇ ਗੋਰੇ ਤਾਂ ਕਿਹਾ ਹੀ ਕੁਛ ਨਹੀਂ ਜੀ ਜੀ। ਪੰਡਿਤ ਦੇਖ ਕੇ ਕਹਿੰਦਾ ਕਹਿੰਦਾ ਤੂੰ ਆਪਣੇ ਆਪ ਨੂੰ ਹੰਕਾਰ ਚ ਨਾ ਸਮਝ, ਤੂੰ ਕਹਿੰਦਾ ਕੁਛ ਨੀ, ਕਹਿੰਦਾ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਆ। ਮੈਂ ਵੀ ਹੱਥ ਜੋੜੇ, ਮੈਂ ਕਿਹਾ ਵਾਕਿਆ ਹੀ, ਮੈਂ ਕਿਹਾ ਉਹਨਾਂ ਤੋਂ ਬਿਨਾਂ ਸਾਨੂੰ ਕੌਣ ਅੰਦਰ ਜਾਣ ਦੇਣ ਵਾਲਾ ਸੀਗਾ। ਮੈਂ ਕਿਹਾ ਪਤਾ ਨੀ ਉਹ ਸਾਡੇ ਵਿੱਚ ਕੀ ਦੇਖਿਆ ਉਸ ਗੋਰੇ ਨੇ, ਉਹਨੇ ਕੋਈ ਲਫ਼ਜ਼ ਹੀ ਨੀ ਪੁੱਛਿਆ। ਤੇ ਮੈਂ ਉਦੋਂ ਤੋਂ ਬਹੁਤ ਪਰਮਾਤਮਾ ਦੇ, ਪੈਸੇ ਤਾਂ ਪਹਿਲਾਂ ਵੀ ਪਰਮਾਤਮਾ ਦੇ ਹਮੇਸ਼ਾ ਹੱਥ ਜੋੜੀ ਦੇ, ਉਦੋਂ ਤੋਂ ਮੇਰੇ ਬਹੁਤ ਮਨ ਨੂੰ ਲੱਗਾ। ਮੈਂ ਕਿਹਾ ਵਾਕਿਆ ਹੀ ਉਹਨਾਂ ਦੇ ਕਰਕੇ ਹੀ ਸਾਨੂੰ ਅੰਦਰ ਜਾਣ ਦਿੱਤਾ, ਉਹਨੇ ਪਤਾ ਨੀ ਪੱਗ ਕਰਕੇ ਜਾਣ ਦਿੱਤਾ, ਪਤਾ ਨੀ ਵਾਹਿਗੁਰੂ ਦੀ ਕੀ ਕਿਰਪਾ ਹੋਈ। ਸੋ ਇਹ ਹੈਗਾ ਵੀ ਜਿਸ ਵੇਲੇ ਵੀ ਕੋਈ ਵੀ ਇਨਸਾਨ ਉਹਨਾਂ ਦਾ ਨਾਂ ਲੈਂਦਾ ਤੇ ਉਹ ਕਦੀ ਡਿੱਗਣ ਨਹੀਂ ਦਿੰਦੇ। ਬਿਲਕੁਲ ਜੀ ਬਿਲਕੁਲ। ਪਹਿਲਾਂ ਜਦੋਂ ਮਾਹੌਲ ਇੱਥੇ ਇੰਗਲੈਂਡ ਕੀ ਬਾਕੀ ਹੋਰ ਮੁਲਕਾਂ ਦੇ ਵਿੱਚ ਵੀ ਐਸਾ ਮਾਹੌਲ ਹੁੰਦਾ ਸੀਗਾ ਕਿ ਜਦੋਂ ਦਸਤਾਰ ਦੇ ਨਾਲ ਬਹੁਤ ਪ੍ਰੋਬਲਮਸ ਆਉਂਦੀਆਂ ਰਹੀਆਂ, ਕੇਸ ਕਟਾਉਣੇ ਪੈਂਦੇ ਸੀ, ਉਸ ਤੋਂ ਬਾਅਦ ਦਸਤਾਰ ਖਾਸ ਕਰਕੇ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਦੇਖਣਾ ਪਸੰਦ ਕਰਦੇ। ਇਹ ਪੁਰਾਣੇ ਸਮਿਆਂ ਦੀ ਆਪਾਂ ਗੱਲ ਕਰਦੇ ਹਾਂ, ਉਦੋਂ ਬਹੁਤ ਕੁਛ ਐਸਾ ਹੋਇਆ। ਪਰ ਇੱਕ ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੈਗੀ ਹੈ, ਜਿਹਦੇ ਸਿਰ ਦੇ ਉੱਤੇ ਦਸਤਾਰ ਹੈ, ਅਤੇ ਉਹਨੂੰ ਕਈ ਵਾਰ ਉਹਨੂੰ ਕਦੇ ਵੀ ਇਹੀ ਪ੍ਰੋਬਲਮ ਨਹੀਂ ਕੋਈ ਵੀ ਆਈ। ਵੈਸੇ ਜਦੋਂ ਉਹਨੇ ਇਰਾਦਾ ਆਪਣਾ ਬਣਾ ਲਿਆ, ਜਦੋਂ ਉਸ ਅਕਾਲ ਪੁਰਖ ਦਾ ਨਾਮ ਲੈ ਕੇ ਤੁਰਿਆ, ਸੋ ਇਸੇ ਤਰ੍ਹਾਂ ਦਾ ਇਹ ਵਾਕਾ ਹੈਗਾ। ਇਹ ਤੋਂ ਸਾਨੂੰ ਮਿਸਾਲ ਮਿਲਦੀ ਹੈ ਕਿ ਕਈ ਵਾਰ ਅਸੀਂ ਸੋਚ ਲੈਂਦੇ ਹਾਂ ਕਿ ਦਸਤਾਰ ਸਿਰ 'ਤੇ ਰੱਖ ਕੇ ਅਸੀਂ ਕਾਮਯਾਬ ਨਹੀਂ ਹੋ ਸਕਦੇ। ਸੋ ਇੱਕ ਬੜੀ ਵੱਡੀ ਮਿਸਾਲ ਹੈਗੀ ਹੈ ਇਸ ਗੱਲਬਾਤ ਦੇ ਵਿੱਚ, ਅਤੇ ਆਸ ਕਰਦਾ ਇਹ ਗੱਲ ਜਿਹੜੀ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਜਿਹੜਾ ਜ਼ਰੂਰ ਅਪਣਾਓਗੇ। ਸੋ ਹੋਰ ਐਸਾ ਵਾਕਿਆ ਤੁਹਾਡੀ ਜ਼ਿੰਦਗੀ, ਵੈਸੇ ਵਾਕਿਆ ਤਾਂ ਬਹੁਤ ਹੋਏ ਹੋਣੇ ਤੁਹਾਡੀ ਜ਼ਿੰਦਗੀ ਦੇ ਵਿੱਚ। ਸਾਰਿਆਂ ਨਾਲ ਹੀ ਹੁੰਦੇ ਆ। ਚਲੋ ਮੈਂ ਇੱਕ ਹੋਰ ਸੁਣਾ ਦਿੰਦਾ ਨਾ। ਮੇਰੀ ਜਿਹੜੀ ਜਦੋਂ ਦੁਕਾਨ ਮੈਂ ਕਰਦਾ ਸੀ ਨਾ, ਮੇਰੀ ਵਾਈਫ ਘਰ ਵਾਲੀ ਨੂੰ ਨਾ ਉਹਨੂੰ ਕੈਂਸਰ ਹੋ ਗਿਆ। ਅੱਛਾ ਜੀ। ਤੇ ਉਹਨਾਂ ਦੀ ਜਵਾਨ ਦੇ ਜਵਾਨ ਵਿੱਚ ਹੋ ਗਿਆ, ਥਰੋਟ ਕੈਂਸਰ ਜਿਹਨੂੰ ਕਿਹਾ ਜਾਂਦਾ। ਤੇ ਉਹਨਾਂ ਦਾ 12 ਘੰਟੇ ਦਾ ਆਪਰੇਸ਼ਨ ਹੋਇਆ ਤੇ ਉਹਨਾਂ ਦੀ ਥਰੋਟ ਇੱਥੋਂ ਕੱਟ ਸਿੱਟੀ। ਅੱਛਾ। ਕੱਟ ਸਿੱਟੀ ਤਾਂ 2-3 ਹਫ਼ਤੇ ਹਸਪਤਾਲ ਰੱਖਿਆ ਉਹਨਾਂ ਨੇ। ਤਾਂ ਫਿਰ ਮੈਨੂੰ ਆਖਣ ਲੱਗੇ ਬਈ ਤੂੰ ਇਹਨੂੰ ਘਰ ਨੂੰ ਲੈ ਜਾ। ਮੈਂ ਜਦ ਗਿਆ ਤਾਂ ਉੱਥੇ ਨਰਸ ਨੇ ਉਹਨਾਂ ਨੂੰ ਜਿਲ੍ਹੇ ਖੰਘ ਆਉਂਦੀ ਸੀ ਨਾ ਤੇ ਬਹੁਤ ਉਹ ਤੰਗੀ ਦੇ ਵਿੱਚ, ਇੱਦਾਂ ਜਿੱਦਾਂ ਉਹਨਾਂ ਦੀ ਜਾਨ ਨਿਕਲਦੀ ਸੀ। ਤਾਂ ਫਿਰ ਉਹ ਜਿਹੜੀ ਟਿਊਬ ਪਾਉਂਦੇ ਸੀ ਨਾ, ਕਾਫ਼ੀ ਲੰਮੀ ਟਿਊਬ ਪਾਉਂਦੇ ਸੀ ਇਹਦੇ ਇੱਥੇ ਇੱਥੋਂ ਸੰਘ ਥਾਣੀ, ਉਹ ਪਾ ਕੇ ਤਾਂ ਜਿਲ੍ਹੇ ਫਿਰ ਇੱਦਾਂ ਰੇਸ਼ਾ ਕੱਢਦੇ ਤਾਂ ਵਿੱਚ ਖੂਨ ਵੀ ਬਹੁਤ ਨਿਕਲਦਾ ਕਿ ਟਿਊਬ ਪਾਸਿਆਂ ਦੇ ਵਿੱਚ ਲੱਗ ਜਾਂਦੀ ਸੀ। ਬਿਲਕੁਲ। ਤਾਂ ਮੈਂ ਤਾਂ ਦੇਖ ਕੇ ਬਹੁਤ ਕੰਬ ਗਿਆ, ਜਾਣੀ ਹਿੱਲ ਗਿਆ ਮੈਂ ਦੇਖ ਕੇ, ਮੇਰੇ 'ਤੇ ਦੇਖਿਆ ਨਾ ਜਾਵੇ। ਤਾਂ ਉਹ ਮੈਨੂੰ ਕਹਿੰਦੇ ਤੂੰ ਤੈਨੂੰ ਲਿਜਾਣਾ ਪੈਣਾ। ਮੈਂ ਕਿਹਾ ਮੈਂ ਨਹੀਂ ਲਿਜਾ ਸਕਦਾ। ਮੈਂ ਕੀ ਕੀਤਾ ਫਿਰ, ਪਰਾਰੀ ਹੋਸਪਿਟਲ, ਪ੍ਰਾਈਵੇਟ ਹੋਸਪਿਟਲ ਇੱਥੇ ਬਰਮਿੰਘਮ 'ਚ ਹੈਗਾ, ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਵੀ ਮੇਰੇ ਘਰ ਵਾਲੀ ਨੂੰ ਤੁਸੀਂ ਥੋੜ੍ਹਾ ਚਿਰ ਰੱਖੋ, ਜਿੰਨਾ ਚਿਰ ਪੂਰੀ ਠੀਕ ਨਹੀਂ ਹੁੰਦੀ ਮੈਂ ਇਹਨੂੰ ਘਰ ਲਈ ਨਹੀਂ ਲਿਜਾ ਸਕਦਾ। ਉਹ ਕਹਿੰਦੇ ਠੀਕ ਆ, ਕਹਿੰਦੇ ਅਸੀਂ ਪੇਸ਼ੈਂਟ ਨੂੰ ਪਹਿਲਾਂ ਦੇਖਣ ਆਵਾਂਗੇ, ਉਹਦੇ ਦੇਖਾਂਗੇ ਵੀ ਇਹਨੂੰ ਕਿਸ ਤਰ੍ਹਾਂ ਦੀ ਮੈਡੀਸਨ ਚਾਹੀਦੀ ਆ, ਕਿਸ ਤਰ੍ਹਾਂ ਦੀ ਟ੍ਰੀਟਮੈਂਟ ਚਾਹੀਦੀ ਆ, ਅਤੇ ਫਿਰ ਅਸੀਂ ਲੈ ਜਾਵਾਂਗੇ। ਓਕੇ। ਉਹ ਦੇਖਣਾ ਉਦਣ ਤਕਾਲਾਂ ਨੂੰ ਦੇਖ ਦੂ ਕਿ। ਦੂਸਰੇ ਦਿਨ ਮੈਂ ਫਿਰ ਗਿਆ ਜਿਸ ਵੇਲੇ, ਅਤੇ ਉਹ ਡਾਕਟਰ ਨਰਸਾਂ ਕਾਫ਼ੀ ਮੇਰੇ 'ਤੇ ਅਪਸੈਟ ਹੋਈਆਂ, ਮੈਨੂੰ ਰੂਮ 'ਚ ਲਾਇਆ, ਕਹਿੰਦੇ ਦੇਖ ਕਿੰਨੀ ਤੰਗੀ ਇਹਨੇ ਝੱਲੀ ਹੈ ਪ੍ਰਸ਼ਨ ਦੇ ਵਿੱਚ, ਅਤੇ ਕਹਿੰਦੇ ਤੂੰ ਹੁਣ ਇਹਨੂੰ ਮਾਰਨਾ ਚਾਹੁੰਦਾ। ਮੈਂ ਕਿਹਾ ਮਾਰਨਾ ਨਹੀਂ ਜੀ, ਮੈਂ ਤਾਂ ਇਹਨੂੰ ਕਹਿੰਦਾ ਵੀ ਇਹ ਠੀਕ ਹੋਵੇ ਛੇਤੀ ਤੋਂ ਛੇਤੀ। ਕਹਿੰਦੇ ਠੀਕ ਹੋਵੇ ਤਾਂ ਹਸਪਤਾਲ 'ਚ ਨਹੀਂ ਇਹਨੇ ਹੋਣਾ। ਚਾਰ ਦੀਵਾਰ ਦੇ ਵਿੱਚ ਜਿਹੜਾ ਇਨਸਾਨ ਕਹਿੰਦੇ ਰਹਿੰਦਾ ਹਰ ਵੇਲੇ, ਉਹ ਕਿੱਦਾਂ ਠੀਕ ਹੋ ਸਕਦਾ? ਇਹਨੂੰ ਬੱਚਿਆਂ ਦੀ ਲੋੜ, ਇਹਨੂੰ ਤੇਰੀ ਲੋੜ, ਇਹਨੂੰ ਭਾਈਚਾਰੇ ਦੀ ਲੋੜ, ਅਤੇ ਇਸ ਕਰਕੇ ਤੂੰ ਘਰ ਨੂੰ ਲਿਜਾ, ਲਿਜਾ ਕੇ ਉੱਥੇ ਅਸੀਂ ਤੇਰੀ ਮਦਦ ਵੀ ਕਰਾਂਗੇ, ਵੀ ਅਸੀਂ ਨਰਸ ਭੇਜਿਆ ਕਰਾਂਗੇ। ਬਿਲਕੁਲ। ਮੈਂ ਕਿਹਾ ਨਹੀਂ ਮੈਂ ਨਹੀਂ ਕਰ ਸਕਦਾ। ਕਹਿੰਦੇ ਤੈਨੂੰ ਕਰਨਾ ਪੈਣਾ, ਤੂੰ ਕੀ ਹੈ, ਤੂੰ ਬੰਦਾ ਨਹੀਂ ਗਾ। ਮੈਨੂੰ ਇੱਦਾਂ ਜਿਹੜੇ ਕਾਫ਼ੀ ਉਹਨਾਂ ਨੇ ਦਬਕੇ ਮਾਰੇ, ਪਰ ਫਿਰ ਵੀ ਮੈਂ ਡਰ ਗਿਆ। ਮੈਂ ਫਿਰ ਘਰ ਨੂੰ ਗਿਆ, ਜਾ ਕੇ ਨਾ ਸਿੱਧਾ ਹੀ ਕਾਫ਼ੀ ਪਰੇਸ਼ਾਨੀ 'ਚ ਗਿਆ ਮੈਂ ਘਰ ਗਿਆ ਜਾ ਕੇ, ਅਤੇ ਉਹ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਡੇ ਫੋਟੋ ਸੀਗੀ ਘਰ ਦੇ ਵਿੱਚ। ਮੈਂ ਜਾ ਕੇ 1 ਘੰਟਾ ਸਤਨਾਮ ਵਾਹਿਗੁਰੂ ਕਿਹਾ। ਪਤਾ ਨਹੀਂ ਉਸ ਮਾਰਕ ਨੇ ਕਿੱਥੋਂ ਇੰਨੀ ਸ਼ਕਤੀ ਦਿੱਤੀ, ਉਹ ਡਰ ਹੀ ਮਨ 'ਚ ਉੱਡ ਗਿਆ, ਮਨ 'ਚ ਇੱਦਾਂ ਦਾ ਜੋਸ਼ ਆ ਗਿਆ ਕਿ ਮੈਂ ਉਸ ਲਈ ਗੱਡੀ ਚੱਕ ਕੇ ਹਸਪਤਾਲ ਚਲੇ ਗਿਆ। ਮੈਂ ਕਿਹਾ ਮੈਂ ਲੈ ਕੇ ਜਾਂਦਾ, ਮੈਂ ਉਹਨੂੰ ਉਸ ਲਈ ਲੈ ਕੇ ਥੋੜ੍ਹੀ ਘੰਟੀ ਜਿਲ੍ਹੇ ਉਹਨੇ ਫਿਰ ਤਿਆਰ ਕੀਤਾ, ਮੈਂ ਘਰ ਲਿਆਂਦਾ। ਸੋ ਇੰਨੀ ਸ਼ਕਤੀ ਇਹਨਾਂ ਦੇ, ਪਰਮਾਤਮਾ ਦੇ ਇਹਨਾਂ ਦੇ ਨਾਂ 'ਤੇ। ਅਤੇ ਜਿਹੜਾ ਵੀ ਕੋਈ ਨਾਂ ਲੈਂਦਾ, ਤਦੇ ਕੋਈ ਵੀ ਹਜੇ ਕੰਮ ਕਰੀਦਾ, ਨਾਂ ਲਈਦਾ, ਤਾਂ ਵਾਹਿਗੁਰੂ ਦੀ ਇੰਨੀ ਮਿਹਰ ਹੁੰਦੀ ਆ, ਅਤੇ ਵੱਡਾ ਕੰਮ ਵੀ ਛੋਟਾ ਹੋ ਜਾਂਦਾ, ਅਤੇ ਕੋਈ ਵੀ ਮੁਸ਼ਕਿਲ ਆ ਉਹ ਦੌੜ ਜਾਂਦੀ ਹੈ। ਬਿਲਕੁਲ ਜੀ। ਦ੍ਰਿੜ ਨਿਸ਼ਚੇ ਦੇ ਨਾਲ ਕੋਈ ਵੀ ਐਸਾ ਕੰਮ ਜਿਹੜਾ ਅਸੀਂ ਕਰਦੇ ਹਾਂ, ਜਦੋਂ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਨਾਮ ਲੈ ਕੇ ਕਰਦੇ ਹਾਂ, ਤਾਂ ਕੋਈ ਉਹਦੇ ਵਿੱਚ ਬੰਦਿਸ਼ਾਂ ਨਹੀਂ ਆਉਂਦੀਆਂ, ਸਗੋਂ ਪਰਮਾਤਮਾ ਆਪ ਨਾਲ ਹੋ ਕੇ ਜਿਹੜਾ ਸਹਾਈ ਹੁੰਦਾ, ਅਤੇ ਉਹੀ ਨਾਲ ਨਾਲ ਲੈ ਕੇ ਸਾਨੂੰ ਤੁਰਦਾ। ਜਿਵੇਂ ਜਿਵੇਂ ਅਸੀਂ ਚੱਲ ਰਹੇ ਹਾਂ,
ਸੋ ਇਹ ਸਾਰਾ ਕੁਛ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਆ ਹੋਇਆ। ਸੋ ਸ਼ੁਕਰ ਕਰਨਾ ਚਾਹੀਦਾ ਹਮੇਸ਼ਾ ਇਸੇ ਤਰ੍ਹਾਂ। ਸੋ ਇੱਕ ਜਿਹੜੀ ਗੱਲ ਮੈਂ ਹੁਣ ਤੁਹਾਡੇ ਕੋਲ ਪੁੱਛਣੀ ਹੈ ਜੀ ਕਿ ਬਰਮਿੰਗਮ ਦੇ ਵਿੱਚ ਇੱਕ ਵੱਡਾ ਜਿਹੜਾ ਤਿਉਹਾਰ ਹੀ ਆਪਾਂ ਕਹਿ ਸਕਦੇ ਹਾਂ ਸਿੱਖ ਪੰਥ ਦਾ ਜਿਹੜਾ ਖਾਲਸਾ ਸਾਜਣਾ ਦਿਵਸ ਦਾ ਮਨਾਇਆ ਜਾਂਦਾ। ਸੋ ਸਾਰੀ ਸੰਗਤ ਜਿਹੜੀ ਹੈਗੀ ਉੱਥੇ ਇਕੱਠੀ ਹੁੰਦੀ ਹੈ ਜੀ, ਜਿਹੜਾ ਬਰਮਿੰਗਮ ਵੱਡੀ ਗਰਾਊਂਡ ਹੈਗੀ ਆ, ਪਾਰਕ ਹੈਗੀ ਆ, ਉੱਥੇ ਇਹ ਜਦੋਂ ਇੱਕ ਵੱਡਾ ਸਮਾਗਮ ਹੁੰਦਾ ਅਤੇ ਵੱਖ ਵੱਖ ਸਟਾਲ ਉੱਥੇ ਲਾਏ ਜਾਂਦੇ ਨੇ, ਬਹੁਤ ਹੀ ਖੁਸ਼ੀਆਂ ਦੇ ਨਾਲ ਉਹ ਦਿਹਾੜਾ ਮਨਾਇਆ ਜਾਂਦਾ ਜੋ ਇਸ ਸਾਲ 28 ਤਰੀਕ ਨੂੰ, ਯਾਨੀ ਕਿ ਹੁਣ ਇਸੇ ਮਹੀਨੇ 28 ਅਪ੍ਰੈਲ ਨੂੰ ਮਨਾਇਆ ਜਾ ਰਿਹਾ। ਬਰਮਿੰਗਮ ਦੀ ਸੰਗਤ ਸਾਰੀ ਨੂੰ ਪਤਾ ਹੈ, ਉਹ ਹਰ ਸਾਲ ਉੱਥੇ ਪਹੁੰਚਦੇ ਨੇ ਬਹੁਤ ਹੀ ਧੂਮਧਾਮ ਦੇ ਨਾਲ। ਖਾਲਸਾ ਸਾਜਨਾ ਦਿਵਸ, ਖਾਲਸਾ ਪ੍ਰਗਟ ਦਿਹਾੜਾ ਵੀ ਆਪਾਂ ਕਹਿ ਸਕਦੇ ਹਾਂ, ਉਹਨੂੰ ਉੱਥੇ ਮਨਾਇਆ ਜਾਂਦਾ। ਜਦੋਂ ਦੋ ਨਗਰ ਕੀਰਤਨ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਉੱਥੇ ਪਹੁੰਚਦੇ ਨੇ ਅਤੇ ਫਿਰ ਉੱਥੇ ਸੰਗਤ ਦਾ ਵੱਡਾ ਇਕੱਠ ਹੁੰਦਾ, 1 ਲੱਖ ਤੱਕ ਉੱਥੇ ਸਾਡੀਆਂ ਸੰਗਤਾਂ ਦੇ ਇਕੱਠ ਹੋਣ ਦੀ ਜਿਹੜੀ ਸੰਭਾਵਨਾ ਹਰ ਵਾਰ ਰਹਿੰਦੀ ਹੈ। ਸੋ ਇਹ ਐਸਟੀਮੇਟਡ ਇੰਨਾ ਕੁ ਹੈਗਾ। ਸੋ ਉੱਥੇ ਤੁਸੀਂ ਲੰਗਰ ਦੀ ਜਿਹੜੀ ਸੇਵਾ ਐਤਕੀ ਲਈ ਹੈ ਜੀ, ਅਤੇ ਉਹਦੇ ਬਾਰੇ ਮੈਂ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਆਪਾਂ। ਉਹ ਜੀ ਅਕਾਲ ਚੈਨਲ ਦਾ ਜਿਹੜਾ ਉੱਥੇ ਸਟੈਂਡ ਹੋਣਾ ਜੀ, ਉੱਥੇ ਆਪਾਂ ਛੋਲੇ ਭਟੂਰਿਆਂ ਦੀ ਸੇਵਾ ਕਰਨ ਦਾ ਕਿਹਾ ਵੀ ਉਹ ਕਰਾਂਗੇ, ਠੀਕ ਹੈ। ਜਿਹੜੇ ਵੀ ਸੰਗਤ ਮਰਜ਼ੀ ਆਵੇ ਉਹ ਆਪਾਂ ਉੱਥੇ ਛੋਲੇ ਭਟੂਰੇ ਇਹਨਾਂ ਨੂੰ ਗੁਰੂ ਕਾ ਲੰਗਰ ਛਕਾਵਾਂਗੇ ਜੀ 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 ਜੀ। ਸੋ ਇਹ ਵੀ ਇੱਕ ਅਨਾਊਂਸਮੈਂਟ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਜਿੱਥੇ ਤੁਸੀਂ ਅਕਾਲ ਚੈਨਲ ਦਾ, ਅਕਾਲ ਚੈਨਲ ਤੁਹਾਨੂੰ ਪਤਾ ਹਰ ਸਾਲ ਉੱਥੇ ਆਪਣਾ ਸਟਾਲ ਜਿਹੜਾ ਜ਼ਰੂਰ ਲਗਾਉਂਦਾ, ਅਤੇ ਇਸ ਵਾਰ ਸਾਡੇ ਸਟਾਲ ਦੇ ਉੱਤੇ ਹੀ ਤੁਸੀਂ ਦੇਖੋਗੇ ਜਿੰਦਰ ਸਿੰਘ ਹੋਰਾਂ ਵੱਲੋਂ ਜਿਹੜਾ ਉੱਥੇ ਐਤਕੀ ਲੰਗਰ ਲਗਾਇਆ ਜਾਣਾ। ਉੱਥੇ ਆਉਣਗੀਆਂ ਸੰਗਤਾਂ, ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚਣਗੀਆਂ, ਵੱਧ ਤੋਂ ਵੱਧ ਉੱਥੇ ਆਓ ਅਤੇ ਲੰਗਰ ਛਕੋ, ਅਤੇ ਇਹ ਜਿਹੜਾ ਸਾਰਾ ਉਸ ਦਿਨ ਪ੍ਰੋਗਰਾਮ ਹੋਣਾ ਹੈ ਉਹਨੂੰ ਸਫਲਾ ਬਣਾਓ। ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤੀ ਵਾਲਾ ਜੀ, ਅਤੇ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ, ਕੀ ਮੈਸੇਜ ਦੇਣਾ ਚਾਹੋਗੇ? ਮੈਂ ਤਾਂ ਜੀ ਇਹ ਮੈਸੇਜ ਦੇ ਦੂੰਗਾ ਹੱਥ ਜੋੜ ਕੇ ਵੀ ਜਿੰਨੇ ਵੀ ਆਪਾਂ ਜੋ ਵੀ ਹੈਗੇ ਹਾਂ, ਹਰੇਕ ਦੇ ਨਾਲ ਗੁੱਸੇ ਮਿਟਾ ਕੇ ਇੱਕ ਦੂਜੇ ਨਾਲ ਪਿਆਰ ਕਰਕੇ ਸਾਰੇ ਜਣੇ ਰਲ ਮਿਲ ਕੇ ਇਹ ਵਿਸਾਖੀ ਦਾ ਦਿਹਾੜਾ ਮਨਾਈਏ ਅਤੇ ਸਾਰੇ ਖੁਸ਼ੀਆਂ ਦੇ ਨਾਲ ਚੜ੍ਹਦੀ ਕਲਾ 'ਚ ਵਾਹਿਗੁਰੂ ਦਾ ਵੋਟ ਆਸਰਾ ਲਈਏ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਸਰਦਾਰ ਜਿੰਦਰ ਸਿੰਘ ਜੀ, ਇੱਕ ਸਫਲ ਬਿਜ਼ਨਸਮੈਨ ਜੇ ਆਪਾਂ ਕਹੀਏ ਕਿ ਇੰਗਲੈਂਡ ਦੀ ਧਰਤੀ ਦੇ ਉੱਤੇ ਤੁਹਾਨੂੰ ਉਹਨਾਂ ਨੇ ਮਿਲਾਇਆ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਅਤੇ ਹੁਣ ਮਿਲਦੇ ਹਾਂ ਜੀ ਫਿਰ 28 ਤਰੀਕ ਨੂੰ ਬਰਮਿੰਗਮ, ਜਿੱਥੇ ਪਾਰਕ ਦੇ ਵਿੱਚ ਸਾਰਾ ਸਮਾਗਮ ਹੋਣਾ। ਅਕਾਲ ਚੈਨਲ ਦੇ ਸਟਾਲ ਦੇ ਉੱਤੇ ਤੁਸੀਂ ਆਉਣਾ ਨਹੀਂ ਭੁੱਲਣਾ, ਆਪਣੀਆਂ ਸੇਵਾਵਾਂ ਵੀ ਉੱਥੇ ਤੁਸੀਂ ਆ ਕੇ ਦੇ ਸਕਦੇ ਹੋ, ਅਤੇ ਨਾਲੋਂ ਨਾਲ ਉੱਥੇ ਹੋਰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਅਕਾਲ ਚੈਨਲ ਦੇ ਉੱਥੇ ਸਾਰੇ ਸਟਾਫ ਜਿਹੜਾ ਹੈਗਾ ਉੱਥੇ ਮੌਜੂਦ ਰਹੇਗਾ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਉਸ ਦਿਨ ਮਿਲਦੇ ਹਾਂ ਜੀ ਆਪਾਂ ਸਾਰਿਆਂ ਨੂੰ, ਅਤੇ ਮਨਾਉਂਦੇ ਹਾਂ ਇਹ ਦਿਨ ਬੜੀ ਧੂਮਧਾਮ ਦੇ ਨਾਲ। ਇੱਥੇ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਸਾਰੇ ਦਰਸ਼ਕਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।